मैं दलबाग सिंगल सूबा प्रधान भारतीय किसान यूनियन चड़ूनी। अज असी भारतीय किसान यूनियन चड़ूनी वालों डीसी साहब नूं मंग पत्र दिता कि जिहड़ी भी यह इलैक्शन हो रही है जिमनी चोण हो रही आ इत्थे एक ही जिमनी चोण आ इह जिहड़ी जिमनी चोण आ बिल्ट पेपर ते कराई जावे ना कि ईवीएम मशीनां ते ना कराई जावे। इहदे संबंध च असीं अज इहनां नूं मंग पत्र दे के आए हां। 10 तरीक नूं पहला इकट्ठ करके असीं इह मोहाली दे विच जिहड़ा मंग पत्र आ ਉਹ ਚੋਣ ਕਮਿਸ਼ਨ ਪੰਜਾਬ ਨੂੰ ਭੇਜਿਆ ਸੀ ਅਤੇ ਅੱਜ ਇਹਨਾਂ ਨੂੰ ਦਿੱਤਾ ਅਤੇ ਅਗਲਾ ਹੁਣ ਪ੍ਰੋਗਰਾਮ ਜੋ ਲਿਖਿਆ ਗਿਆ ਵੀ ਅਸੀਂ ਜੇ ਅਗਰ ਇਹਨਾਂ ਨੇ ਨਹੀਂ ਗੱਲ ਸੁਣੀ ਤਾਂ ਅਸੀਂ 16 ਤਰੀਕ ਤੋਂ ਸੰਗਰੂਰ ਦੇ ਵਿੱਚ ਧਰਨਾ ਲਾਵਾਂਗੇ। ਡੀਸੀ ਸਾਹਿਬ ਨੇ ਤੁਹਾਡੀ ਮੰਗ ਪੱਤਰ ਸਵੀਕਾਰਿਆ ਅਤੇ ਕੀ ਵਿਚਾਰ ਦਿੱਤੇ ਉਹਨਾਂ ਉਹਨਾਂ ਨੇ ਕਿਹਾ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਭੇਜ ਦਿੰਦੇ ਹਾਂ ਵੀ ਸਮਾਂ ਥੋੜ੍ਹਾ ਰਹਿ ਗਿਆ ਇਸ ਕਰਕੇ ਮਸ਼ੀਨਾਂ 'ਤੇ ਹੀ ਹੋਣੀ ਚੋਣ 'ਤੇ ਮਸ਼ੀਨਾਂ 'ਤੇ ਹੋਣੀ ਆ। ਚਲੋ ਇਹ ਸਰਕਾਰਾਂ ਦੇ ਕੰਮ ਆ, ਉਹਨਾਂ ਨੇ ਆਪਣੇ ਕੰਮ ਕਰਨੇ ਆ, ਸਾਡੀ ਮੰਗ ਆ ਅਸੀਂ ਆਪਣਾ ਕੰਮ ਕਰਨਾ। ਅਸੀਂ ਦੇਖਦੇ ਹਾਂ ਇੱਥੋਂ ਬਾਹਰ ਕਿਤੇ ਜਿੱਥੇ ਥੋੜ੍ਹੀ ਬਾਲੀ ਖੁੱਲ੍ਹੀ ਜਗ੍ਹਾ ਹੋਊਗੀ ਉੱਥੇ ਧਰਨਾ ਲੱਗੂਗਾ ਕਿਉਂਕਿ ਡੀਸੀ ਦਫ਼ਤਰ ਦੇ 'ਤੇ ਨੇੜੇ ਤੇੜੇ ਕੋਈ ਜਗ੍ਹਾ ਦਿਖਦੀ ਨਹੀਂ ਸਾਨੂੰ ਅਤੇ ਅਸੀਂ ਉੱਥੇ ਧਰਨਾ ਲਾਵਾਂਗੇ। ਤੁਹਾਡੇ ਧਰਨੇ ਦੇ ਵਿੱਚ ਚੜੂਨੀ ਸਾਹਿਬ ਹਾਂਜੀ ਦੇਖੋ ਜੀ ਦੇਖਾਂਗੇ ਇੱਕ ਦਿਨ ਆਉਣਗੇ ਜ਼ਰੂਰ ਵਿੱਚ ਉਹ ਟਾਈਮ ਬਣਾਵਾਂਗੇ ਅਸੀਂ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਮੇਰੇ ਨਾਲ ਖੜ੍ਹੇ ਨੇ ਸਾਡੇ ਇਹਨਾਂ ਸਾਰਿਆਂ ਨਾਲ ਵਿਚਾਰ ਕਰਕੇ ਵੀ ਕਿਹੜੇ ਦਿਨ ਉਹਨਾਂ ਨੂੰ ਬੁਲਾਉਣਾ ਵਾ ਉਸ ਦਿਨ ਉਹਨਾਂ ਨੂੰ ਬੁਲਾਇਆ ਜਾਊਗਾ। ਮੈਂ ਮਨਜੀਤ ਸਿੰਘ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੀ ਕੇ ਚੜੂਨੀ ਪਟਿਆਲਾ ਜੀ। ਅੱਜ ਤੁਸੀਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਦੇ ਬਾਰੇ ਅੱਜ ਅਸੀਂ ਸਾਡੇ ਸੂਬਾ ਪ੍ਰਧਾਨ ਸਰਦਾਰ ਦਲਬਾਗ ਸਿੰਘ ਗਿੱਲ ਦੀ ਰਹਿਨਮਾਈ ਥੱਲੇ ਸੰਗਰੂਰ ਡੀ ਸੀ ਦਫ਼ਤਰ ਪਹੁੰਚੇ ਹਾਂ। ਜੋ ਇਹ EVM ਦੇ ਰਾਹੀਂ ਇਲੈਕਸ਼ਨ ਹੁੰਦੀ ਹੈ ਇਹ ਸਾਡੇ ਲਈ ਇੱਕ ਜਿੱਦਾਂ ਵੀ ਕਹਿੰਦੇ ਵੀ ਗ੍ਰਹਿਣ ਲੱਗ ਗਿਆ, ਗ੍ਰਹਿਣ ਲੱਗ ਚੁੱਕਿਆ ਕਿਉਂਕਿ ਜਿੰਨੀ ਇਲੈਕਸ਼ਨ ਅੱਜ ਤੱਕ ਹੋਈਆਂ ਨੇ ਉਹਨਾਂ 'ਚ ਹਰ ਟਾਈਮ ਗੜਬੜਾਂ ਹੁੰਦੀਆਂ ਨੇ, ਸਾਰਾ ਸਭ ਨੂੰ ਪਤਾ ਹੈ। ਇਹ ਸਾਡੀ ਮੇਨ ਮੰਗ ਇਹ ਹੈ ਵੀ ਜਿਹੜੀ ਇਹ ਇਲੈਕਸ਼ਨ ਹੁੰਦੀ ਹੈ ਇਹ ਬੈਲਟ ਪੇਪਰ 'ਤੇ ਇਲੈਕਸ਼ਨ ਹੋਵੇ ਤਾਂ ਕਿ ਲੋਕਾਂ ਨੂੰ ਜੋ ਇਹ ਮਨਾਂ 'ਚ ਸ਼ੱਕ ਪੈ ਗਿਆ ਵੀ ਇਹ ਗਲਤ ਹੁੰਦੀ ਹੈ ਜੋ ਵੀ ਹੈ ਉਹਦੇ ਅਸੀਂ ਵਿਸ਼ਵਾਸ ਹੋ ਸਕੇ ਸਾਨੂੰ ਵੀ ਇਲੈਕਸ਼ਨ ਸਹੀ ਹੁੰਦੀ ਹੈ। ਦੇਖੋ ਹੋਣੀ ਚਾਹੀਦੀ, ਨਹੀਂ ਹੋਊਗੀ ਅੰਦੋਲਨ ਕਰਾਂਗੇ, ਸ਼ੁਰੂਆਤ ਕਰਨੀ ਤਾਂ ਪੈਣੀ ਹੈ। ਦੇਖੋ ਇੱਕ ਨੂੰ ਤਾਂ ਸ਼ੁਰੂ ਕਰਨਾ ਪੈਣਾ। ਹੁਣ ਸਾਡੇ ਸਰਦਾਰ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਜੀ ਨੇ, ਸਰਦਾਰ ਪੰਜਾਬ ਦੇ ਪ੍ਰੇਰਣਾ ਦਲਬਾਗ ਸਿੰਘ ਗਿੱਲ ਜੀ ਨੇ ਸ਼ੁਰੂ ਕਰਿਆ ਸੀ, ਉਹਨਾਂ ਦੇ ਨਾਲ ਹੈ। ਜਿੱਦਾਂ ਜੋ ਜੋ ਅੰਦੋਲਨ ਦੇ ਵਿੱਚ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਵੱਧ ਚੜ੍ਹ ਕੇ ਅੱਗੇ ਉਹ ਅੰਦੋਲਨ ਨੂੰ ਹੋਰ ਲੈ ਕੇ ਤੁਰਾਂਗੇ। ਜਿੱਦਾਂ ਇਹਨਾਂ ਦਾ ਹੁਕਮ ਹੋਊਗਾ ਅਸੀਂ ਚੱਲਾਂਗੇ ਸਿਰ ਮੱਥੇ ਲੈ ਕੇ।